ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਰਿਹਲ ਫਰੋਮ ਵੀਜ਼ਾ ਹਬ ਇਮੀਗ੍ਰੇਸ਼ਨ ਅੱਜ ਇੱਕ ਹੋਰ ਸਕਸੈਸ ਸਟੋਰੀ ਕੈਨੇਡਾ ਟੂਰਿਸਟ ਦਾ ਪੀਪੀਆਰ ਮਿਸਟਰ ਜਸਪਾਲ ਸਿੰਘ ਗਿੱਲ ਜੀ ਨੇ ਜੋ ਕਿ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ ਐਂਡ ਇਹਨਾਂ ਦਾ ਵੀਜ਼ਾ ਸੀ ਅਪਲਾਈ ਕੀਤਾ ਸੀ ਦੋਸਤੋ 29 ਜਨਵਰੀ ਨੂੰ 8 ਫੈਬ ਨੂੰ ਇਹਨਾਂ ਦੇ ਬਾਇਓਮੈਟ੍ਰਿਕ ਹੋਏ ਸੀ ਐਂਡ 15 ਫੈਬ ਨੂੰ ਇਹਨਾਂ ਦੀ ਜੋ ਪੀਪੀਆਰ ਹੈ ਉਹ ਆ ਗਈ ਸੀਗੀ ਐਂਡ ਅੱਜ ਸਪੈਸ਼ਲੀ ਅੰਮ੍ਰਿਤਸਰ ਤੋਂ ਆਪਣੀ ਪੀਪੀਆਰ ਰਿਸੀਵ ਕਰਨਾ ਹੈ ਬਾਕੀ ਗੱਲਾਂ ਕਰਦੇ ਆਪਾਂ ਜਸਪਾਲ ਸਿੰਘ ਗਿੱਲ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਵੀਜ਼ਾ ਹੱਬ ਦੇ ਥਰੂ 29 ਜੈਨ ਨੂੰ ਮੈਂ ਵੀਜ਼ਾ ਅਪਲਾਈ ਕੀਤਾ ਸੀ ਔਰ 8 ਫੈਬ ਨੂੰ ਮੇਰੀ ਬਾਇਓਮੈਟ੍ਰਿਕਸ ਆ ਗਈਆਂ ਔਰ 15 ਆਫ ਫੈਬ ਨੂੰ ਮੈਨੂੰ ਵੀਜ਼ਾ ਦੀ ਅਪਰੂਵਲ ਮਿਲ ਗਈ ਤਾਂ ਵੀਜ਼ਾ ਹੱਬ ਵਨ ਆਫ ਦਾ ਬੈਸਟ ਵਾਟ ਆਈ ਹੈਵ ਸੀਨ ਅਰਾਊਂਡ ਮੈਂ ਯੂਟਿਊਬ 'ਤੇ ਸੀ ਪਹਿਲਾਂ ਬਹੁਤ ਸਰਚ ਕੀਤੇ ਮੈਂ ਇਹਨਾਂ ਨੂੰ ਐਟਲੀਸਟ 2 ਵੀਕਸ ਤੱਕ ਫੋਲੋ ਕੀਤਾ ਕਿ ਇਹਨਾਂ ਦੇ ਸਾਰੇ ਸਟੋਰੀਜ਼ ਵਗੈਰਾ ਪਹਿਲਾਂ ਔਰ ਇਹਨਾਂ ਦੇ ਸਾਰਾ ਕੁਛ ਦੇਖਿਆ ਤਾਂ ਮੈਨੂੰ ਇਨ ਦਾ ਮਾਰਕੀਟ ਆਈ ਮੀਨ ਮੈਨੂੰ ਸਭ ਤੋਂ ਬੈਸਟ ਲੱਗੇ ਕਿ ਮੈਂ ਇਹਨਾਂ ਨੂੰ ਕੰਸਲਟ ਕਰਾਂ ਆਈ ਬਿਲੀਵ ਦੈਟ ਦੇ ਆਰ ਦਾ ਵਨ ਆਫ ਦਾ ਬੈਸਟ ਕੰਸਲਟੈਂਟ ਨਾਓ ਇਨ ਦਾ ਮਾਰਕੀਟ ਸੋ ਆਈ ਹੈਵ ਕੰਟੈਕਟ ਦੈਮ ਈਵਨ ਆਈ ਹੈਵ ਨੋਟ ਵਿਜ਼ਿਟ ਦਾ ਆਫਿਸ ਮੈਂ ਆਫਿਸ ਵੀ ਨਹੀਂ ਆਇਆ ਮੈਂ ਇਹਨਾਂ ਨੂੰ ਈਵਨ ਕਿ ਬਾਈ ਫੇਸਬੁੱਕ ਨਹੀਂ ਮਿਲਿਆ ਮੇਰੀ ਫੋਨ 'ਤੇ ਹੀ ਗੱਲ ਹੋਈ ਆ ਬਿਲਕੁਲ ਤਾਂ ਫੋਨ 'ਤੇ ਮੈਂ ਇਹਨਾਂ ਨੂੰ ਕਾਲ ਕੀਤੀ ਆਪਣੇ ਬਾਰੇ ਸਾਰੀ ਐਕਸਪਲੇਨੇਸ਼ਨ ਦਿੱਤੀ ਕਿ ਮੈਂ ਜੋਬ ਕਰਦਾ ਮੇਰੀ ਇੰਨਾ ਹੀ ਪੇ ਆ ਪਰ ਮੰਥ ਔਰ ਇੰਨੀ ਆਈ ਟੀ ਆਰ ਫਾਈਲ ਕਰਦਾ ਮੇਰਾ ਬੈਲੈਂਸ 9 to 10 ਲੱਖ ਰੁਪਇਆ ਮੇਰੇ ਕੋਲ ਹੈਗਾ ਤਾਂ ਫਿਰ ਇਹਨਾਂ ਨੇ ਮੇਰੀ ਸਾਰਾ ਕੁਛ ਉਸ ਚੀਜ਼ ਨੂੰ ਇਹਨਾਂ ਨੇ ਦੇਖਿਆ ਔਰ ਮੈਨੂੰ ਐਡਵਾਈਸ ਕੀਤਾ ਕਿ ਤੁਸੀਂ ਇਸ ਤਰ੍ਹਾਂ ਮਤਲਬ ਕਿ ਆਪਣੀ ਫਾਈਲ ਨੂੰ ਅੱਗੇ ਸਾਡੇ ਕੋਲ ਅਪਲਾਈ ਕਰੋ ਤਾਂ ਫਿਰ ਇਹਨਾਂ ਨੇ ਸਾਰਾ ਕੁਛ ਮੇਰੇ ਡਾਕੂਮੈਂਟਸ ਮੇਰੇ ਕੋਲ ਲਏ ਔਰ ਆਈ ਥਿੰਕ ਵੈਰੀ ਇਨ ਨੈਕਸਟ ਡੇ ਦੇ ਹੈਵ ਪ੍ਰੋਸੈਸ ਦਿਸ ਥਿੰਗ ਔਰ ਮੈਨੂੰ ਮਤਲਬ ਕਿ ਇਹਨਾਂ ਨਾਲ ਜਿਹੜੀ ਮੇਰੀ ਕਮਿਊਨੀਕੇਸ਼ਨ ਸੀ ਈਵਨ ਬਾਈ ਫੋਨ ਬਹੁਤ ਟ੍ਰਾਂਸਪੇਰੈਂਟ ਸੀ ਹਰ ਇੱਕ ਗੱਲ ਬਹੁਤ ਕਲੀਅਰ ਦੱਸਦੇ ਸੀ ਔਰ ਕੋਈ ਮਿਸਗਾਈਡ ਨਹੀਂ ਕੀਤਾ ਮੈਨੂੰ ਕੋਈ ਕਿਸੇ ਗੱਲ ਦੀ ਇਹਨਾਂ ਨੇ ਇਹ ਨਹੀਂ ਕਿਹਾ ਸੀ ਇੱਦਾਂ ਨਹੀਂ ਔਰ ਮੈਂ ਵੀ ਇਹਨਾਂ ਦੇ ਉੱਪਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਉਸੇ ਤਰ੍ਹਾਂ ਹੀ ਫੋਲੋਅਪ ਕੀਤਾ ਮੈਂ ਇਹਨਾਂ ਨਾਲ ਔਰ ਬਹੁਤ ਵਧੀਆ ਗਾਈਡੈਂਸ ਕੀਤੀ ਇਹਨਾਂ ਨੇ ਔਰ ਇੱਕ ਚੀਜ਼ ਹੈਗੀ ਆ ਜਿਸ ਤਰ੍ਹਾਂ ਆਪਾਂ ਮਾਰਕੀਟ 'ਚ ਦੇਖਦੇ ਹਾਂ ਕਿ ਗਰੀਨੈਸ ਬਹੁਤ ਆ ਲਾਲਚ ਬਹੁਤ ਆ ਇਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਇੱਕ ਜੈਨੂਅਨ ਜੀ ਮਾਰਕੀਟ ਦੇ ਵਿੱਚ ਇਹਨਾਂ ਦੀ ਫੀਸ ਆ ਔਰ ਪਲੱਸ ਇਹ ਤੁਹਾਨੂੰ ਬਹੁਤ ਵਧੀਆ ਗਾਈਡ ਕਰਨਗੇ ਕਿ ਜਿਸ ਤਰ੍ਹਾਂ ਵੀ ਤੁਸੀਂ ਜਿਹੜੀ ਵੀ ਕੰਟਰੀ ਜਾਣਾ ਕਰਨਾ ਚਾਹੁੰਦੇ ਜੀ ਚਲੋ ਮੇਰਾ ਇਹਨਾਂ ਨੇ ਕੈਨੇਡਾ ਦਾ ਕੀਤਾ ਸੀ ਟੂਰਿਸਟ ਵੀਜ਼ਾ ਔਰ ਮੇਰੀ ਪੀ ਪੀ ਆਰ 15 ਨੂੰ ਆ ਗਈ ਆ ਹਾਂਜੀ ਅੱਜ ਮੈਂ ਇਹਨਾਂ ਨੂੰ ਮਿਲਿਆ ਔਰ ਅੱਜ ਇਹਨਾਂ ਨੂੰ ਵਿਜ਼ਿਟ ਕੀਤਾ ਅੱਜ ਇਹਨਾਂ ਨੂੰ ਕੰਗਰੈਟਸ ਕਹਿਣਾ ਆ ਔਰ ਆਪਣੇ ਪਾਸਪੋਰਟ ਦੀ ਸਬਮਿਸ਼ਨ ਇਹਨਾਂ ਨੂੰ ਕਰਨਾ ਹੈ ਆਪਣੀ ਔਰ ਹਾਂਜੀ ਸਰ ਕਿੰਨੇ ਖੁਸ਼ ਹੋ ਅੱਜ ਮੈਂ ਬਹੁਤ ਖੁਸ਼ ਹਾਂ ਜੀ ਬਹੁਤ ਜ਼ਿਆਦਾ ਈਵਨ ਮੈਂ ਤਾਂ ਕਹਿੰਦਾ ਕਿ ਵਾਹਿਗੁਰੂ ਜੀ ਬਹੁਤ ਕਿਰਪਾ ਹੋਈ ਹੈ ਹਾਂਜੀ ਅਤੇ ਇਸ ਇਹ ਉਸ ਮਾਲਕ ਦੀ ਦਾਤ ਹੈ ਪਰਮਾਤਮਾ ਦਾ ਪਹਿਲਾ ਸ਼ੁਕਰ ਹਾਂਜੀ ਹਾਂਜੀ ਉਸ ਵਾਹਿਗੁਰੂ ਦਾ ਸ਼ੁਕਰ ਕਰਦਾ ਜਿਸ ਨੇ ਇਹ ਦਾਤ ਦਿੱਤੀ ਮੈਨੂੰ ਔਰ ਮੈਂ ਇਹ ਵੀਜ਼ਾ ਹੱਬ ਦੀ ਵੀ ਤਰੱਕੀਆਂ ਵਾਸਤੇ ਉਹਨਾਂ ਕੋਲ ਅਰਦਾਸ ਕਰਦਾ ਕਿ ਵੀਜ਼ਾ ਹੱਬ ਨੂੰ ਵਾਹਿਗੁਰੂ ਬਹੁਤ ਉਚਾਈਆਂ ਤੱਕ ਲੈ ਕੇ ਜਾਵੇ ਅਤੇ ਸਾਰੇ ਕਸਟਮਰ ਜਿੰਨੇ ਵੀ ਇਸ ਵੀਡੀਓ ਨੂੰ ਵਾਚ ਕਰ ਰਹੇ ਆ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਤੁਸੀਂ ਜੇ ਆਪਣੀ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀਜ਼ਾ ਹੱਬ ਦੇ ਨਾਲ ਕੰਸਲਟ ਕਰੋ ਦੇ ਆਰ ਦਾ ਵਨ ਆਫ ਦਾ ਬੈਸਟ ਕੰਸਲਟੈਂਟ ਥੈਂਕ ਯੂ ਸੋ ਮਚ ਸਰ ਤੁਹਾਡੀ ਦੁਆਵਾਂ ਲਈ ਆਪਾਂ ਤੁਹਾਡੀ ਦੁਆਵਾਂ ਸਿਰੇ ਹੀ ਤੁਰੇ ਫਿਰਦੇ ਹਾਂ ਐਂਡ ਵਨਸ ਅਗੇਨ ਵੀਜ਼ਾ ਹੱਬ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਸਰ